ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣੇ ਪੰਜਾਬ 'ਚ ਹਾਈ ਕੋਰਟ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਇਹਨਾਂ ਚੀਜ਼ਾਂ 'ਤੇ ਲਗਾਤੀ ਰੋਕ ਹੋ ਜਾਓ ਸਾਵਧਾਨ ਆਈ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਤੋਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤਾਂ ਜੋ ਇਹ ਜਾਣਕਾਰੀ ਸਭ ਨੂੰ ਪਹੁੰਚ ਸਕੇ ਸ਼ਹਿਰ 'ਚ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜੱਜਾਂ ਵਕੀਲਾਂ ਸਟਾਫ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਨਵੇਂ ਨਿਰਦੇਸ਼ਾਂ ਅਨੁਸਾਰ ਹੁਣ ਹਾਈ ਕੋਰਟ ਦੀ ਇਮਾਰਤ ਵਿੱਚ ਕਿਸੇ ਵੀ ਵਕੀਲ ਉਹਨਾਂ ਦੇ ਕਲਰਕ ਇੰਟਰਨਲ ਜਾਂ ਆਮ ਜਨਤਾ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਗਈ ਹੈ ਪ੍ਰੋਟੈਕਸ਼ਨ ਅਤੇ ਕ੍ਰਿਮੀਨਲ ਕੇਸਾਂ ਨੂੰ ਛੱਡ ਕੇ ਸਾਰੇ ਕੇਸਾਂ ਦੇ ਵਕੀਲਾਂ ਨਾਲ ਸੈਨਾਨੀਆਂ ਨੂੰ ਮਸ਼ੈਨਿੰਗ ਕਰਨਾ ਹੋਵੇਗਾ ਜਿਸ ਦੀ ਜਾਂਚ ਕਰਨ ਤੋਂ ਬਾਅਦ ਹੀ ਜ਼ਰੂਰੀ ਕੇਸ ਸੁਣੇ ਜਾਣਗੇ ਐਂਟੀ ਪਤੇਰੀ ਬੇਲ ਰੈਗੂਲਰ ਬੇਲ ਅਪੀਲ ਕਪਲ ਪ੍ਰੋਟੈਕਸ਼ਨ ਅਤੇ ਕਮਿਸ਼ਨਰ ਰਿਵੀਲਸ ਲਈ 12 ਵਜੇ ਤੋਂ ਪਹਿਲਾਂ ਮਸ਼ੀਨਿੰਗ ਕਰਵਾਉਣੀ ਹੋਏਗੀ ਜਿਸ ਦੇ ਅਗਲੇ ਦਿਨ ਕੇਸ ਵਿੱਚ ਸੁਣਵਾਈ ਹੋਏਗੀ ਜੇਕਰ ਮੈਸ਼ਨਿੰਗ 12 ਵਜੇ ਤੋਂ ਬਾਅਦ ਹੁੰਦੀ ਹੈ ਤਾਂ ਕੇਸ 2 ਦਿਨ ਬਾਅਦ ਸੁਣਾਇਆ ਜਾਵੇਗਾ ਬਾਕੀ ਦੇ ਸਾਰੇ ਕੇਸਾਂ ਭਾਵੇਂ ਉਹ PIL ਹੋਵੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਹਾਈਕੋਰਟ ਦੇ ਪੋਰਟਲ 'ਤੇ ਮੈਸ਼ਨਿੰਗ ਕਰਵਾਉਣੀ ਹੋਵੇਗੀ ਜਿਸ ਲਈ ਵਕੀਲ ਨੂੰ ਪੇਪਰ ਬੁੱਕ ਵੀ ਲਗਾਉਣੀ ਹੋਵੇਗੀ ਵਕੀਲ ਨੂੰ ਸ਼ਾਮ 4 ਵਜੇ ਤੱਕ ਦਾ ਸਮਾਂ ਦਿੱਤਾ ਜਾਵੇਗਾ 11:30 ਵਜੇ ਤੱਕ ਓਬਜੈਕਸ਼ਨ ਕਲੀਅਰ ਕਰਨੇ ਹੋਣਗੇ ਜਿਸ ਤੋਂ ਬਾਅਦ ਨੈਕਸਟ ਕੋਰਟ ਵਰਡਿੰਗ ਡੇ 'ਤੇ ਕੇਸ ਦੀ ਸੁਣਵਾਈ ਹੋਏਗੀ ਨੈਕਸਟ ਕੋਰਟ ਵੀ ਜੇਕਰ ਓਬਜੈਕਸ਼ਨ ਲੱਗਦਾ ਹੈ ਤਾਂ ਓਬਜੈਕਸ਼ਨ 2 ਵਜੇ ਤੱਕ ਕਲੀਅਰ ਕਰਨੀ ਹੋਏਗੀ ਜੇਕਰ 2 ਵਜੇ ਤੱਕ ਓਬਜੈਕਸ਼ਨ ਕਲੀਅਰ ਨਹੀਂ ਹੁੰਦੀ ਤਾਂ ਕੇਸ ਰੂਟੀਨ ਵਿੱਚ ਨੰਬਰ ਆਉਣ 'ਤੇ ਸੁਣਿਆ ਜਾਵੇਗਾ ਕੇਸਾਂ ਦੀ ਮੈਸ਼ਨਿੰਗ ਕਰਨ ਤੋਂ ਬਾਅਦ ਦਿੱਤੇ ਗਏ ਫੋਨ ਨੰਬਰ 'ਤੇ SMS ਦੇ ਮਾਧਿਅਮ ਨਾਲ ਸੂਚਨਾ ਦਿੱਤੀ ਜਾਏਗੀ ਜੱਜ ਘਰ ਦਫ਼ਤਰ ਅਤੇ ਚੇਂਬਰ ਤੋਂ ਜਾ ਕੇ ਕਿਸੇ ਹੋਰ ਸਥਾਨ ਤੋਂ ਕੇਸ ਦੀ ਸੁਣਵਾਈ ਲਈ ਵੀਡੀਓ ਕਾਨਫਰੰਸ ਨਾਲ ਜੁੜੇ ਹਨ ਅਜਿਹੀ ਹੀ ਛੋਟ ਵਕੀਲਾਂ ਨੂੰ ਵੀ ਹੋਏਗੀ ਪਰ ਉਸ ਸਥਾਨ 'ਤੇ ਸੁਣਵਾਈ ਦੌਰਾਨ ਵਕੀਲ ਅਤੇ ਪਟੀਸ਼ਨਰ ਤੋਂ ਇਲਾਵਾ ਤੀਜਾ ਵਿਅਕਤੀ ਨਹੀਂ ਹੋਣਾ ਚਾਹੀਦਾ ਹਾਈਕੋਰਟ ਵਿੱਚ ਤੈਨਾਤ ਅਧਿਕਾਰੀਆਂ ਅਤੇ ਸਟਾਫ ਨੂੰ ਵੀ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਏਗੀ ਖ਼ਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ